ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ अरोड़ा ਨੂੰ ਦਿੱਤਾ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜਵਾਬ ਕਿਹਾ ਕਿ ਅਸੀਂ ਆਪਦੇ ਪੈਸਿਆਂ ਦੀ ਲਈ ਸੀ ਬੁਲਟ ਪ੍ਰੂਫ ਗੱਡੀ ਸਿੱਧੂ ਮੂਸੇਵਾਲਾ ਦੇ ਫੈਨਜ਼ ਅਕਸਰ ਸਿੱਧੂ ਦੀ ਹਵੇਲੀ ਪਹੁੰਚਦੇ ਨੇ ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ अरोड़ा ਵੱਲੋਂ ਵਿਧਾਨ ਸਭਾ ਦੇ ਵਿੱਚ ਇੱਕ ਗੱਲ ਕਹੀ ਗਈ ਵੀ ਸਿੱਧੂ ਮੂਸੇਵਾਲਾ ਦੀ ਗਲਤੀ ਸੀ ਕਿ ਉਹ ਦੋ ਗਨਮੈਨ ਕਿਉਂ ਨਹੀਂ ਲੈ ਕੇ ਗਿਆ ਉਸ ਉੱਪਰ ਬਿਆਨ ਦਿੰਦਿਆਂ ਸਿੱਧੂ ਦੇ ਪਿਤਾ ਨੇ ਦੱਸਿਆ ਕਿ ਉਹ ਗਲਤੀ ਭਾਵੇਂ ਸਾਡੀ ਸੀ ਪਰ ਸਾਡੇ ਪੁੱਤ ਦੀ ਸਿਕਿਉਰਿਟੀ ਲੀਕ ਕਰਨਾ ਉਹ ਗਲਤੀ ਸਰਕਾਰ ਦੀ ਸੀ ਅਸੀਂ ਸਰਕਾਰ ਨੂੰ ਪ੍ਰੂਫ ਵੀ ਦੇ ਚੁੱਕੇ ਹਾਂ ਵੀ ਗਲਤੀ ਕਿਸ ਨੇ ਕੀਤੀ ਹੈ ਪਰ ਸਰਕਾਰ ਉਸਤੇ ਕੋਈ ਕਾਰਵਾਈ ਨਹੀਂ ਕਰ ਰਹੀ ਅਸੀਂ ਬੁਲਟ ਪ੍ਰੂਫ ਗੱਡੀ ਆਪਣੇ ਪੈਸਿਆਂ ਦੀ ਲਈ ਸੀ ਨਾ ਕਿ ਕਿਸੇ ਸਰਕਾਰ ਨੇ ਸਾਨੂੰ ਉਹ ਬੁਲਟ ਗ੍ਰਿਪ ਪ੍ਰੂਫ ਗੱਡੀ ਦਿੱਤੀ ਸੀ ਸਿੱਧੂ ਦੇ ਪਿਤਾ ਨੇ ਇਹ ਵੀ ਗੱਲ ਕਹੀ ਕਿ ਸਾਡੀ ਥੋੜੀ ਗਲਤੀ ਸੀ ਪਰ ਜ਼ਿਆਦਾ ਸਰ ਗਲਤੀ ਸਰਕਾਰ ਦੀ ਸੀ ਜਿੰਨਾ ਗਲਤੀਆਂ ਦੇ ਕਾਰਨ ਸਾਡਾ ਪੁੱਤ ਸਾਡੇ ਕੋਲੋਂ ਦੂਰ ਹੋ ਗਿਆ ਸਿੱਧੂ ਮਸੂਏ ਵਾਲਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਪਰ ਉਸ ਦੇ ਵਿੱਚ ਵਸਦੀ ਰੂਹ ਅੱਜ ਲੋਕਾਂ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਕਾਇਮ ਹੈ ਸਿੱਧੂ ਦੇ ਫੈਨ ਅ ਸਿੱਧੂ ਦੀ ਹਵੇਲੀ ਆਉਂਦੇ ਨੇ ਸਿੱਧੂ ਦੇ ਪਿਤਾ ਮਾਤਾ ਨੂੰ ਮਿਲਦੇ ਨੇ ਆਸ਼ੀਰਵਾਦ ਲੈਂਦੇ ਨੇ ਅ ਸਿੱਧੂ ਦੇ ਪਿਤਾ ਨੇ ਬਹੁਤ ਹੀ ਗੁੱਸੇ ਦੇ ਵਿੱਚ ਇਹ ਗੱਲ ਵੀ ਕਹੀ ਕਿ ਬਹੁਤ ਮੰਦ ਭਾਗੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਇਸ ਗੱਲ ਨੂੰ ਕਹਿ ਰਹੇ ਨੇ ਕਿ ਸਿੱਧੂ ਦੇ ਪਰਿਵਾਰ ਦੀ ਗਲਤੀ ਹੈ ਸਿੱਧੂ ਦੀ ਗਲਤੀ ਸੀ ਕਿ ਸਿੱਧੂ ਦੋ ਗਨਮੈਨ ਕਿਉਂ ਨਹੀਂ ਲੈ ਕੇ ਗਿਆ ਉਹਨਾਂ ਕਿਹਾ ਕਿ ਜੇਕਰ ਸਾਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਹਮਲਾ ਹੋਣ ਵਾਲਾ ਹੈ ਤਾਂ ਅਸੀਂ ਆਪਣੇ ਪੁੱਤ ਨੂੰ ਇਕੱਲੇ ਜਾਣ ਹੀ ਕਿਉਂ ਦਿੰਦੇ ਦੂਸਰੀ ਗੱਲ ਵੀ ਪੰਜਾਬ ਦੇ ਵਿੱਚ ਜੇਕਰ ਸਿਕਿਉਰਿਟੀ ਨਾਲ ਹੀ ਬੰਦਾ ਸੁਰੱਖਿਅਤ ਰਹਿ ਸਕਦਾ ਹੈ ਤਾਂ ਹਰ ਇੱਕ ਵਿਅਕਤੀ ਦੀ ਸਿਕਿਉਰਿਟੀ ਦਾ ਜਿੰਮਾ ਕੌਣ ਲਵੇਗਾ ਉੱਥੇ ਉਹਨਾਂ ਕਿਹਾ ਕਿ 19 ਮਾਰਚ ਨੂੰ ਮੇਰੇ ਪੁੱਤ ਦੀ ਵਰਸੀ ਹੈ ਮੈਂ ਕਿਸੇ ਨੂੰ ਕੋਈ ਸਪੈਸ਼ਲ ਕਾਰਡ ਨਹੀਂ ਪਾਇਆ ਨਾ ਹੀ ਕਿਸੇ ਨੂੰ ਸਪੈਸ਼ਲ ਕੋਈ ਇਨਵੀਟੇਸ਼ਨ ਦਿੱਤਾ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਕਾਰਡ ਪਾਇਆਗਾ ਤੇ ਸਾਰੇ ਦਰਸ਼ਕਾਂ ਨੂੰ ਫੈਨਸ ਨੂੰ ਇਹੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਸਿੱਧੇ ਸਾਦੇ ਢੰਗ ਨਾਲ ਪੁੱਤ ਨੂੰ ਵਿਦਾਈ ਦੇਣੀ ਹੈ ਉਸ ਵਿਦਾਈ ਦੇ ਸਮਾਗਮ ਵਿੱਚ ਤੁਸੀਂ ਜ਼ਰੂਰ ਪਹੁੰਚਣਾ ਸਿੱਧੂ ਦੇ ਪਿਤਾ ਨੇ ਆਮ ਆਦਮੀ ਪਾਰਟੀ ਨੂੰ ਵੀ ਝਾੜ ਪਾਈ ਕਿ ਉਹ ਅਜੇਹੀ ਬਿਆਨਵਾਜੀ ਨਾ ਦੇਵੇ ਕਿਉਂਕਿ ਸਾਡਾ ਪੁੱਤ ਸਾਡੇ ਕੋਲੋਂ ਦੂਰ ਚਲਾ ਗਿਆ ਉਸਨੇ ਕਦੇ ਵਾਪਸ ਨਹੀਂ ਆਉਣਾ ਪਰ ਫਿਰ ਵੀ ਸਰਕਾਰ ਨੂੰ ਚਾਹੀਦਾ ਹੈ ਅਜਿਹੀ ਮੰਦਭਾਗੀ ਸ਼ਬਦਾਵਲੀ ਸਾਡੇ ਪੁੱਤ ਨੂੰ ਲੈ ਕੇ ਨਾ ਵਰਤਣ ਅਸੀਂ ਆਪਣਾ ਪੁੱਤ ਖੋਇਆ ਤੇ ਕਿਸੇ ਨੂੰ ਇਸ ਗੱਲ ਦਾ ਖਮਾਜਾ ਭੁਗਤਣਾ ਪਵੇਗਾ ਕਿਉਂਕਿ ਸਰਕਾਰ ਨਹੀਂ ਤਾਂ ਪ੍ਰਮਾਤਮਾ ਸਾਨੂੰ ਇਨਸਾਫ ਜ਼ਰੂਰ ਦੇਵੇਗਾ ਅਸੀਂ ਇਨਸਾਫ ਦੀ ਲੜਾਈ ਅਸੀਂ ਲਗਾਤਾਰ ਲੜਦੇ ਰਹਾਂਗੇ ਅੱਜ ਪੰਚਾਇਤ ਸਰਪੰਚਾਂ ਦੇ ਨਾਲ ਵੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਵਰਸੀ ਨੂੰ ਲੈ ਕੇ ਅਹਿਮ ਫੈਸਲੇ ਲਏ ਗਏ ਕਿ ਕੀ ਕੀ ਪ੍ਰੋਗਰਾਮ ਕਿਸ ਤਰੀਕੇ ਨਾਲ ਕੀਤਾ ਜਾਏਗਾ ਉਸ ਸਮੇਂ ਸਿੱਧੂ ਦੇ ਪਿਤਾ ਨੇ ਵੀ ਇਹ ਅਪੀਲ ਕੀਤੀ ਕਿ ਜੋ ਵੀ ਫੈਨਸ ਸੋਸ਼ਲ ਮੀਡੀਆ ਦੇ ਜ਼ਰੀਏ ਕਾਰਡ ਦੇਖ ਚੁੱਕੇ ਨੇ ਉਹ ਸਿੱਧੂ ਦੀ ਵਰਸੀ ਮੌਕੇ ਜ਼ਰੂਰ ਪਹੁੰਚਣ ਉਸ ਨੂੰ ਅੰਤਿਮ ਸ਼ਰਧਾਂਜਲੀ ਦੇਣ ਹੋਰ ਕੀ ਕੁਝ ਕਿਹਾ ਸਿੱਧੂ ਦੇ ਪਿਤਾ ਨੇ ਉਹ ਵੀ ਤੁਸੀਂ ਸੁਣ ਲਵੋ ਅਮਨ ਰੋੜਾ ਦੀ ਜਿਹੜੀ ਬਿਆਨਬਾਜ਼ੀ ਬਹੁਤ ਮੰਦ ਭਾਗੀ ਕਹੂੰਗਾ ਮੈਂ ਤਾਂ ਉਹਦੀ ਬਿਆਨਬਾਜ਼ੀ ਸੁਣ ਕੇ ਜਿਹੜਾ ਮੇਰੇ ਮਨ ਨੂੰ ਦੁੱਖ ਹੋਇਆ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਕਿਉਂਕਿ ਇੱਕ ਗਰਵਾਣੀ ਦਾ ਕਥਨ ਹੈ ਨਾ ਕਿ ਜਿਸ ਤਨ ਲੱਗਿਆ ਸੋ ਤਨ ਜਾਣਿਆ ਕੌਣ ਜਾਣੇ ਪੀਰ ਪਰਾਈ ਉਸ ਵਿਅਕਤੀ ਨੂੰ ਨਹੀਂ ਪਤਾ ਕਿਉਂਕਿ ਉਹਦੇ ਪਰਿਵਾਰ ਦਾ ਮੈਂਬਰ ਨਹੀਂ ਗਿਆ। ਔਰ ਆਪਣੀਆਂ ਉਹਨਾਂ ਦੀਆਂ ਗਲਤੀਆਂ ਐ ਗਵਰਨਮੈਂਟ ਦੀਆਂ। ਔਰ ਉਹਨਾਂ ਨੂੰ ਛਿਪਾਉਣ ਦੇ ਲਈ ਉਹਨੂੰ ਕਸੂਰ ਕੱਢਦਾ ਸਾਡੇ ਭਲੇ ਮੇਰੇ ਬੇਟੇ ਵੱਲੋਂ ਵੀ ਗਲਤੀ ਹੋਈ ਵੀ ਅਸੀਂ ਥੋੜਾ ਪ੍ਰਕੌਸ਼ਨ ਲੈਣ ਦੀ ਢਿੱਲ ਕਰ ਗਏ। ਅਸੀਂ ਕਦੋਂ ਕੁੱਮਕ ਬੰਨਿਆ ਇਸ ਗੱਲ ਨੂੰ ਜੇ ਢਿੱਲ ਦਿੱਤੀ ਤਾਂ ਅਸੀਂ ਬੱਚਾ ਪਰਵਾ ਲਿਆ ਉਹਦਾ। ਪਰ ਜੋ ਤੁਸੀਂ ਜੋ ਤੁਸੀਂ ਕੀਤਾ ਉਹਦਾ ਕੀ ਸਜ਼ਾ ਲਈ ਤੁਸੀਂ ਆਪਣੇ ਆਪ ਨੂੰ ਕੀ ਲਏ ਤੁਸੀਂ ਅਫਸਰ ਤੇ ਕਾਰਵਾਈ ਕੀਤੀ ਅਸੀਂ ਉਸ ਦਿਨ ਦੇ ਬਲਤੇਜਪੁਰ ਨੂੰ ਨਾਮ ਲਈਏ ਨੇ ਭਾਈ ਤੁਹਾਡੇ ਵੀਡੀਓ ਜਾਈ ਦਿੰਦੇ ਜਿਹੜੀ ਗੱਲ ਸੀਗੀ 9 ਦਿਨ ਪਹਿਲਾਂ ਇਲੈਕਸ਼ਨ ਜਿੱਦੇ ਅੱਜ ਦੇ ਦਿਨ ਨਤੀਜਾ ਆ ਜਾਂਦਾ ਹੈ ਅਗਲੇ 9 10 ਦਿਨ ਸਾਡੇ ਕੋਲ ਇੱਕ ਵੀ ਸਕਿਉਰਿਟੀ ਗਾਰਡ ਹੈ ਨਹੀਂ ਸੀ ਔਰ ਸਾਡਾ ਨੁਕਸਾਨ ਨਹੀਂ ਹੋਇਆ ਨੁਕਸਾਨ ਕਦੋਂ ਹੁੰਦਾ ਹੈ 28 ਤਰੀਕ ਨੂੰ ਜਦੋਂ ਪੇਜ ਦੇ ਉੱਤੇ ਪਾ ਦਿੰਦੇ ਨੇ ਔਰ ਗੋਲਡੀ ਬਰਾੜ ਦੇ ਇਸ ਗੱਲ ਨੂੰ ਮੰਨਿਆ ਆ ਜਿਹੜਾ ਆਪਣਾ ਇੱਕ ਪੱਤਰਕਾਰ ਦੀ ਇੰਟਰਵਿਊ ਦੇ ਵਿੱਚ ਉਹਨੇ ਕਿਹਾ ਵੀ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਸਿੱਧੂ ਮੂਸੇਵਾਲੇ ਸਿਕਿਉਰਟੀ ਨੂੰ ਵਿਡਰਾ ਕਰ ਲਿਆ ਗਿਆ ਉਹ ਤੋਂ ਕੋਈ ਕੇਵਲ ਇੱਕ ਜਾਂ ਦੁਕਾਣ ਮੈਨ ਨੇ ਉਹਦੀ ਅਸੀਂ ਕਹਿੰਦੇ ਵੀ ਇਹ ਕੰਮ ਅੱਜ ਹੀ ਕਰਨਾ ਹੈ ਤਾਂ ਫਿਰ ਕਿਸ ਗੱਲ ਦਾ ਭਲੇਖਾ ਰਹਿ ਗਿਆ ਮੇਰੇ ਬੇਟੇ ਦੇ ਖੁਦਕਸ਼ੀ ਤਾਂ ਨਹੀਂ ਨਾ ਕੀਤੀ ਕੀ ਸਾਨੂੰ ਬਿਨਾਂ ਗਾਰਡਾਂ ਤੋਂ ਰਹਿਣ ਦਾ ਅਧਿਕਾਰ ਨਹੀਂ ਹੈ ਕਿੰਨੇ ਕ ਬੰਦਿਆਂ ਨੂੰ ਤੁਸੀਂ ਗਨਮੈਨ ਜਾਂ ਸਕਿਉਰਟੀ ਜਾਂ ਬੁਲਟ ਪ੍ਰੂਫ ਗੱਡੀਆਂ ਅਪਲਾਈ ਕਰਾ ਦੋਗੇ ਉਹ ਬੁਲਟ ਪ੍ਰੂਫ ਗੱਡੀ ਕਹਿੰਦੇ ਆ ਬੁਲਟ ਪ੍ਰੂਫ ਗੱਡੀ ਸਾਨੂੰ ਗੌਰਮੈਂਟ ਦੇ ਦਿੰਦੀ ਐ ਅਸੀਂ ਆਪਦੀ ਕਮਾਈ ਚ ਬੁਲਟ ਪ੍ਰੂਫ ਗੱਡੀ ਲਈ ਐ ਸੋ ਉਹਦਾ ਬਿਆਨ ਆ ਜਿਹੜਾ ਬਹੁਤ ਮੰਦ ਭਾਗ ਹੈ ਜਿੰਨੀ ਨਿੰਦਾ ਕੀਤੀ ਐ ਵੀ ਉਹਨੀ ਥੋੜੀ ਇਹde ਲੱਗਦਾ ਨਹੀਂ ਵੀ ਜਦੋਂ ਬਲਤੇਜ ਬੰਨੂ ਤੇ ਬੋਲਦੇ ਆ ਉਹਦੇ ਆਮ ਆਦਮੀ ਪਾਰਟੀ ਦਾ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਬੋਲਦਾ ਐ ਇਸ ਗੱਲ ਤੇ ਹੈ ਵੀ ਮੈਂ 10 ਮਹੀਨੇ ਤੋਂ ਲੱਗਾ ਹੋਇਆ ਐ ਬੋਲਣ ਨੂੰ ਮੈਂ ਲਿਖਤੀ ਤੌਰ ਤੇ ਮੈਂ ਤੁਹਾਨੂੰ ਦਰਖਾਸਤਾਂ ਦਿਖਾ ਸਕਦਾ ਜਿਹੜੀ ਮੈਂ ਸੀਐਮ ਸਾਹਿਬ ਦੇ ਵੀ ਟੇਬਲ ਤੇ ਰੱਖ ਕੇ ਆ ਉਹਨੂੰ ਮਿਲ ਕੇ ਵੀ ਦੇ ਕੇ ਆ ਵੀ ਘਟੋ ਘਟ ਰਹੀ ਜਿਹੜੇ ਬੁੱਕੇ 'ਚ ਬੈਠੇ ਤੁਹਾਡੇ ਖਿਲਾਫ ਤਾਂ ਕਾਰਵਾਈ ਕਰੋ ਚਲੋ ਜਿਹੜੇ ਬਾਹਰ ਦੇ ਬੁਲਕਾਂ 'ਚ ਜਦੋਂ ਲੈ ਕੇ ਆਓਗੇ ਐਕਸਟ੍ਰਾਡੀਸ਼ਨ ਦੀ ਜਿਹੜੀ ਕਾਰਵਾਈ ਥੋੜੀ ਚੱਲਦੀ ਹੈ ਤੇ ਮੈਨੂੰ ਤਾਂ ਉਹਦੇ ਕੋਈ ਐਡਾ ਖਾਸ ਭਰੋਸਾ ਵੀ ਹੈ ਨਹੀਂ ਪਰ ਚਲੋ ਜੇ ਚੱਲਦੀ ਹੈ ਤਾਂ ਮੰਨ ਲੈਨੇ ਚੱਲਦੀ ਹੈ ਉਹ ਬਾਅਦ ਚ ਪਹਿਲਾਂ ਜਿਹੜੇ ਆ ਕੋਲੇ ਬੈਠੇ ਇਹਨਾਂ ਦੇ ਕਰ ਲਈ ਜਿਹੜੇ ਇੰਡੀਆ 'ਚ ਬੈਠੇ ਉਹਨਾਂ ਦੇ ਕਾਰਵਾਈ ਕਰ ਲਓ ਪਹਿਲਾਂ ਅੰਕਲ ਜੀ ਬਰਸੀ ਨੂੰ ਲੈ ਕੇ ਅੱਜ ਮੀਟਿੰਗ ਹੋਈ ਸੀ ਕੀ ਕੀ ਗੱਲਾਂ ਹੋਈਆਂ ਕੀ ਉਹ ਤਾਂ ਬੇਟਾ ਭੋਗ ਪਾਉਣਾ ਵੀ ਕਿਉਂਕਿ ਹੁਣ ਇਹ ਪ੍ਰੋਗਰਾਮ ਹੀ ਇਸ ਤਰ੍ਹਾਂ ਦਾ ਹੁੰਦਾ ਵੀ ਕੋਈ ਆਪਣੇ ਕੋਲੇ ਐਗਜ਼ੈਕਟ ਜਿਆ ਨਹੀਂ ਪਤਾ ਹੁੰਦਾ ਆਪਾਂ ਨੂੰ ਵੀ ਕਿੰਨੇ ਕੁ ਤਾਂ ਲੋਕ ਆਉਣਗੇ ਥੋੜੇ ਆਉਣਗੇ ਬਾਲੇ ਆਉਣਗੇ ਚਲ ਆਪਾਂ ਇੱਕ ਸਿੰਪਲ ਪ੍ਰੋਗਰਾਮ ਹੈ ਸਾਡਾ ਇੱਕ ਸਾਈਜ਼ ਪਾਰਟ ਦਾ ਮੈਂ ਕਿਸੇ ਵੀ ਸਪੈਸ਼ਲ ਵਿਅਕਤੀ ਨੂੰ ਕੋਈ ਇਨਵਾਈਟ ਨਹੀਂ ਕੀਤਾ ਮੈਂ ਕੇਵਲ ਸੋਸ਼ਲ ਮੀਡੀਆ ਦੇ ਜ਼ਰੀਏ ਆਪਣਾ ਕਾਰਡ ਸ਼ੇਅਰ ਕੀਤਾ ਸਭ ਨੂੰ ਭਾਈ ਜੀ ਦੀ ਵੀ ਹਿੰਮਤ ਪੈਂਦੀ ਆ ਕੇ ਬੱਚੇ ਨੂੰ ਸ਼ਰਨਾਈ ਲਈ ਦਿਓ ਤੇ ਬੜਾ ਸਿੰਪਲ ਜਿਹਾ ਪ੍ਰੋਗਰਾਮ ਰੱਖਿਆ ਦਾਣਾ ਮੰਡੀ